जय, गुरु नानक तेरी जय जय जय। कृपा सिंधु दीना बंधु कृपा सिंधु जगत उधारण जय जय जय। ਤੁਸੀਂ ਦੇਖ ਰਹੇ ਡੀਪੀ ਨਿਊਜ਼, ਮੈਂ ਮੋਰੇ ਪੱਟੀ। ਇਸ ਵੇਲੇ ਆਪਾਂ ਖੜ੍ਹੇ ਹਾਂ ਜੀ ਪਿੰਡ ਮਾਲੇਵਾਲ ਜੀ ਡਿਵਾਈਨ ਪਬਲਿਕ ਸਕੂਲ 'ਚ, ਜਿੱਥੇ ਕਿ ਬਾਬਾ ਬਲਵੀਰ ਸਿੰਘ ਜੀ ਬੇਦੀ ਸ੍ਰੀ ਚੋਲਾ ਸਾਹਿਬ ਵਾਲਿਆਂ ਨੇ ਅੱਜ ਧਾਰਮਿਕ ਪ੍ਰੋਗਰਾਮ ਜਿਹੜਾ ਇੱਥੇ ਕਰਵਾਇਆ ਜੀ। ਬਾਬਾ ਜੀ ਅੱਜ ਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਪ੍ਰਾਪਤ ਕਰਦੇ ਹੋਇਆਂ ਅੱਜ ਡਿਵਾਈਨ ਪਬਲਿਕ ਸਕੂਲ ਮਾਲੇਵਾਲ ਵਿਖੇ ਬੱਚਿਆਂ ਦੇ ਬਾਲ ਗੁਰਮਤਿ ਸਮਾਗਮ ਕਰਵਾਇਆ ਗਿਆ ਹੈ, ਜਿਸ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਦੇ ਨਾਲ ਗੁਰਬਾਣੀ ਕੰਠ ਮੁਕਾਬਲਿਆਂ ਵਿੱਚ, ਸਿੱਖ ਇਤਿਹਾਸ ਦੇ ਕੁਇਜ ਕੰਪੀਟੀਸ਼ਨ ਵਿੱਚ ਅਤੇ ਦਸਤਾਰ ਅਤੇ ਦੁਮਾਲੇ ਸਜਾਉਣ ਵਿੱਚ ਬੜੇ ਉਤਸ਼ਾਹ ਦੇ ਨਾਲ ਹਿੱਸਾ ਲਿਆ ਹੈ। ਇਸ ਦੇ ਵਿੱਚ ਸਕੂਲ ਵੱਲੋਂ ਬੜਾ ਵਡਮੁੱਲਾ ਸਹਿਯੋਗ ਸਾਨੂੰ ਪ੍ਰਾਪਤ ਹੋਇਆ ਹੈ, ਜਿਸ ਲਈ ਅਸੀਂ ਪ੍ਰਿੰਸੀਪਲ ਸਾਹਿਬ ਸਾਰੇ ਸਟਾਫ ਦੇ ਧੰਨਵਾਦੀ ਹਾਂ ਜੀ। ਸਾਡਾ ਯਤਨ ਹੈ ਕਿ ਇੱਦਾਂ ਦੇ ਸਮਾਗਮ ਹਰ ਸਕੂਲ ਵਿੱਚ ਕਰਵਾਏ ਜਾਣ, ਤਾਂ ਕਿ ਜੋ ਬੱਚੇ ਨੇ, ਆਉਣ ਵਾਲੀ ਪੀੜ੍ਹੀ ਹੈ, ਇਹਨਾਂ ਦਾ ਜਿਹੜਾ ਸਮਾਂ ਹੈ ਵਧੀਆ ਅਤੇ ਸੁਨਹਿਰੀ ਹੋਵੇ ਅਤੇ ਗੁਰਬਾਣੀ ਦੇ ਲੜ ਲੱਗ ਕੇ ਸਿੱਖ ਇਤਿਹਾਸ ਤੋਂ ਜਾਣੂ ਹੁੰਦੇ ਹੋਏ ਇਹ ਆਪਣੇ ਵਿਰਸੇ ਦੇ ਨਾਲ ਜੁੜੇ ਰਹਿਣ ਜੀ। ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਊਟਰੀਚ ਕੈਂਪ ਪ੍ਰੋਜੈਕਟ ਵੱਲੋਂ ਇਹ ਯਤਨ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ। ਸੋ ਅਸੀਂ ਸਭ ਦੇ ਧੰਨਵਾਦੀ ਹਾਂ ਜੀ। ਕਿਰਪਾ ਕਰਨ ਵਾਹਿਗੁਰੂ ਸੱਚੇ ਪਾਤਸ਼ਾਹ, ਬੱਚੇ ਇਸ ਤਰ੍ਹਾਂ ਆਪਣੇ ਵਿਰਸੇ ਨਾਲ ਜੁੜੇ ਰਹਿਣ ਅਤੇ ਗੁਰਬਾਣੀ ਦੇ ਲਾਲ ਲੱਗਦੇ ਹੋਏ ਆਪਣਾ ਮਨੁੱਖਾ ਜੀਵਨ ਸਫਲਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡਿਵਾਈਨ ਪਬਲਿਕ ਸਕੂਲ ਦੀ ਪ੍ਰਿੰਸੀਪਲ ਧੰਨਵਾਦੀ ਹਾਂ ਸਮੂਹ ਸੰਗਤਾਂ ਦੀ, ਜਿਨ੍ਹਾਂ ਨੇ ਆ ਕੇ ਇੰਨਾ ਵੱਡਾ ਉਪਰਾਲਾ ਕੀਤਾ ਮੇਰੇ ਸਾਡੇ ਸਕੂਲ ਦੇ ਡਿਵਾਈਨ ਸਕੂਲ ਦੇ ਬੱਚਿਆਂ ਨੂੰ ਧਰਮ ਨਾਲ ਜੁੜਨ ਦੀ, ਗੁਰਬਾਣੀ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਅਤੇ ਚੰਗੀ ਸਿੱਖਿਆ ਦਿੱਤੀ ਹੈ। ਮੈਂ ਵੱਧ ਤੋਂ ਵੱਧ ਬੱਚੇ ਧਰਮ ਦੇ ਨਾਲ ਜੋੜਨ ਦੀ, ਗੁਰਬਾਣੀ ਦੀ ਸਿੱਖਿਆ ਦੇਣ ਦੀ ਕੋਸ਼ਿਸ਼ ਕਰਾਂਗੀ ਔਰ ਵੱਧ ਤੋਂ ਵੱਧ ਯੋਗਦਾਨ ਕਰਾਂਗੀ ਕਿ ਇਸ ਤਰ੍ਹਾਂ ਦੇ ਕੈਂਪ ਸਕੂਲਸ ਦੇ ਵਿੱਚ ਲੱਗਦੇ ਰਹਿਣ, ਜਿੱਥੇ ਬੱਚੇ ਵੱਧ ਤੋਂ ਵੱਧ ਯੋਗਦਾਨ ਦੇਣ ਅਤੇ ਚੰਗੀ ਸਿੱਖਿਆ ਪ੍ਰਾਪਤ ਕਰਨ, ਤਾਂ ਜੋ ਸਾਡਾ ਆਉਣ ਵਾਲਾ ਭਵਿੱਖ ਹੈ, ਸਮਾਜ ਹੈ, ਉਹਨੂੰ ਅਸੀਂ ਉਜਵਲ ਬਣਾ ਸਕੀਏ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਮੈਮ ਦੀ, ਸਕੂਲ ਦੀ, ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਹੈ, ਬਾਬਾ ਜੀ ਦੀ ਬਹੁਤ ਧੰਨਵਾਦੀ ਹਾਂ ਕਿ ਸਾਨੂੰ ਇੰਨਾ ਮੌਕਾ ਦਿੱਤਾ ਕਿ ਆਪਾਂ ਅੱਜ ਅੱਗੇ ਆਏ ਹਾਂ। ਮੈਂ ਇੱਕ ਹਿੰਦੂ ਹਾਂ, ਫਿਰ ਵੀ ਮੈਂ ਇਹਦੇ ਵਿੱਚ ਪਾਰਟੀਸਪੇਟ ਕੀਤਾ ਹੈ। ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਇਹਦੇ ਵਿੱਚ ਪਾਰਟੀਸਪੇਟ ਕੀਤਾ ਹੈ ਅਤੇ ਮੈਂ ਸਰਟੀਫਿਕੇਟ ਵੀ ਲਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਮਰੀਤ ਕੌਰ ਹੈ, ਮੈਂ ਡਿਵਾਈਨ ਪਬਲਿਕ ਸਕੂਲ ਦੀ ਪਲੱਸ ਟੂ ਕਲਾਸ ਦੀ ਵਿਦਿਆਰਥਣ ਹਾਂ। ਮੈਨੂੰ ਅੱਜ ਬਹੁਤ ਖੁਸ਼ੀ ਹੋਈ ਕਿਉਂਕਿ ਬਾਬਾ ਬਲਬੀਰ ਸਿੰਘ ਜੀ ਬੇਦੀ ਸਾਡੇ ਸਕੂਲ ਵਿੱਚ ਆਏ। ਉਹਨਾਂ ਨੇ ਸਾਰੇ ਗੁਰਮਤ ਅਨੁਸਾਰ ਜਿੰਨੇ ਵੀ ਸਮਾਗਮ, ਜੋ ਵੀ ਸਾਡਾ ਬਣਦਾ ਸੀਗਾ ਗੁਰਮਤ ਸਮਾਗਮ, ਸਾਰਾ ਕਰਵਾਇਆ। ਸਾਡੇ ਪ੍ਰਿੰਸੀਪਲ ਮੈਮ, ਮੈਂ ਉਹਨਾਂ ਦੀ ਵੀ ਬਹੁਤ ਧੰਨਵਾਦੀ ਹਾਂ। ਸਾਡਾ ਜਿੰਨਾ ਵੀ ਸਟਾਫ ਇਹਦੇ ਵਿੱਚ ਇਨਵੋਲਵਡ ਹੈ, ਸਾਰਿਆਂ ਨੇ ਹੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਸ ਚੀਜ਼ ਨੂੰ ਲੈ ਕੇ। ਸਾਡਾ ਜਿਹੜਾ ਇਹ ਉਪਰਾਲਾ ਇਹਨਾਂ ਨੇ ਕੀਤਾ ਹੈ, ਇਹ ਸਾਨੂੰ ਬਹੁਤ ਅੱਗੇ ਲੈ ਕੇ ਜਾਏਗਾ। ਸਾਡੇ ਸਕੂਲ ਲਈ ਇਹ ਬਹੁਤ ਵਧੀਆ ਉਪਰਾਲਾ ਹੈ। ਸਾਡੇ ਸਾਰੇ ਸਟਾਫ ਟੀਚਰਸ, ਬਾਬਾ ਜੀ ਅਤੇ ਉਹਨਾਂ ਦੇ ਜਿੰਨੇ ਵੀ ਉਹਨਾਂ ਦੇ ਨਾਲ ਸਮੂਹ, ਉਹਨਾਂ ਦਾ ਜਿਹੜੇ ਸੰਬੰਧਕ ਨੇ, ਪ੍ਰਬੰਧਕ ਨੇ, ਸਾਰਿਆਂ ਦੀ ਮੈਂ ਬਹੁਤ ਧੰਨਵਾਦੀ ਹਾਂ। ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਅਤੇ ਉਹਨਾਂ ਨੇ ਸਾਰੇ ਬੱਚਿਆਂ ਨੂੰ, ਈਵਨ ਕੋਈ ਇੱਕ ਬੱਚਾ ਵੀ ਨਹੀਂ ਉਹਨਾਂ ਨੇ ਛੱਡਿਆ, ਸਾਰਿਆਂ ਨੂੰ ਹੀ ਸਨਮਾਨਿਤ ਕੀਤਾ ਹੈ ਜਿੰਨੇ ਵੀ ਇਹਦੇ ਵਿੱਚ ਪਾਰਟੀਸਪੇਟ ਕੀਤਾ, ਜਿੰਨਿਆਂ ਨੇ ਵੀ। ਇਹ ਵਧੀਆ, ਬਹੁਤ ਵਧੀਆ ਗੱਲ ਹੈ ਕਿਉਂਕਿ ਕੋਈ ਵੀ ਨਿਰਾਸ਼ ਨਹੀਂ ਹੋਏਗਾ ਇਸ ਚੀਜ਼ ਨੂੰ ਲੈ ਕੇ। ਸਾਰੇ ਹੀ ਬਹੁਤ ਖੁਸ਼ ਨੇ ਕਿਉਂਕਿ ਸਾਰਿਆਂ ਨੂੰ ਹੀ ਵੱਧ ਤੋਂ ਵੱਧ ਸਰਟੀਫਿਕੇਟ, ਮਾਇਆ, ਜੋ ਵੀ ਗਿਫਟ ਬਣਦੇ ਸੀਗੇ, ਜੋ ਵੀ ਉਹਨਾਂ ਦਾ ਮਤਲਬ ਜੋ ਉਹ ਕਰ ਸਕਦੇ ਸੀ ਸਾਡੇ ਲਈ, ਉਹਨਾਂ ਨੇ ਕੀਤਾ ਹੈ। ਮੈਂ ਬਹੁਤ ਧੰਨਵਾਦੀ ਹਾਂ। ਥੈਂਕ ਯੂ ਸੋ ਮੱਚ ਸਰ, ਥੈਂਕ ਯੂ ਸੋ ਮੱਚ ਮੈਮ।